उचेरी सिक्ख्या प्रदान करने लिए पंजाब भर च विलखण पहचान बना चुकी जी एन ए यूनीवर्सिटी फगवाड़ा वालों विद्यार्थियों लिए नवी पहलकदमी करदिया होया एम बी ए की पढ़ाई की शुरुआत की गई है। इस बाबत जानकारी देंदिया जी एन ए यूनीवर्सिटी के डीन डॉक्टर समीर वर्मा ने दसिया कि जी एन ए वालों जो एम बी ए की पढ़ाई शुरू की गई है वह जॉब गरंटी के उद्देश शुरू की गई है तो महज 6 महीनों की पढ़ाई करने उपरंत ही विद्यार्थी बैंक च वधिया अहुदे ते नौकरी करन लग जाएगा तो सिक्ख्या के नाल नाल उसकी कमाई का साधन भी वधिया बन जाएगा। उन्होंने दसिया कि एम बी ए का कोर्स सिर्फ 2 साल का है तो जी एन ए वालों सीमित सीटा के अनुसार ही इस कोर्स की शुरुआत की गई है। हुशियारपुर न्यूज़ के नाल चेतन कश्यप की रिपोर्ट। ਸਮੀਰ ਸਰ ਜੀ ਐਨ ਏ ਯੂਨੀਵਰਸਿਟੀ ਵੱਲੋਂ ਰੀਸੈਂਟਲੀ ਦੇ ਵਿੱਚ ਜਿਹੜੀ ਸਟੱਡੀ ਇਹ ਕੋਰਸ ਸ਼ੁਰੂ ਕੀਤਾ ਗਿਆ ਐਮ ਬੀ ਏ ਦਾ ਕੀ ਪਰਪਸ ਹੈ ਜੀ? ਇਹ ਤਾਂ ਸਾਰਿਆਂ ਨੂੰ ਪਤਾ ਕਿ ਜੀ ਐਨ ਏ ਗਰੁੱਪ ਨੂੰ 76 ਸਾਲ ਹੋ ਗਏ ਹੈ ਅਤੇ ਅਸੀਂ ਵੱਖਰੇ ਵੱਖਰੇ ਪ੍ਰੋਗਰਾਮ 'ਚ ਪਲੇਸਮੈਂਟ ਪ੍ਰੋਵਾਈਡ ਕਰਦੇ ਹਾਂ। ਐਤਕੀ ਅਸੀਂ ਪਹਿਲੀ ਵਾਰ ਇਸ ਰੀਜਨ 'ਚ ਐਮ ਬੀ ਏ ਇਨ ਬੈਂਕਿੰਗ ਫਾਈਨੈਂਸ ਸਰਵਿਸ ਇੰਸ਼ੋਰੈਂਸ ਸ਼ੁਰੂ ਕੀਤੀ ਹੈ। ਉਹਦੇ 'ਚ ਅਸੀਂ ਬੱਚੇ ਨੂੰ ਜੋਬ ਗਰੰਟੀ ਦੇ ਰਹੇ ਹਾਂ। ਜੋਬ ਗਰੰਟੀ ਦਾ ਮਤਲਬ ਇਹ ਹੈਗਾ ਕਿ ਬੱਚਾ 6 ਮਹੀਨੇ ਬਾਅਦ ਹੀ ਜੋਬ ਵਾਸਤੇ ਚਲਾ ਜਾਏਗਾ ਇੱਕ ਬੈਂਕ 'ਚ ਐਜ਼ ਅ ਅਸਿਸਟੈਂਟ ਮੈਨੇਜਰ ਜਾਂ ਜੋ ਵੀ ਉਹਨੂੰ ਪੋਸਟ ਮਿਲੀ ਜਾਏਗੀ ਅਤੇ ਉਹਦੀ 6 ਮਹੀਨੇ ਬਾਅਦ ਹੀ ਅਰਨਿੰਗ ਸ਼ੁਰੂ ਹੋ ਜਾਏਗੀ। ਅਤੇ ਉਹਦੀ ਫੀਸ ਵੀ ਇੱਦਾਂ ਰੱਖੀ ਗਈ ਹੈ ਕਿ ਬੱਚਾ ਆਪਣੀ ਪੂਰੀ ਕੋਰਸ ਦੀ ਫੀਸ ਵਿਦਇਨ ਦਾ ਕੋਰਸ ਹੀ ਕੱਢ ਸਕਦਾ ਹੈ। ਅਤੇ ਬੱਚੇ ਨੂੰ 2 ਫਾਇਦੇ ਹੈ। ਪਹਿਲਾ ਫਾਇਦਾ ਉਹਨੂੰ ਜੋਬ ਮਿਲ ਗਈ 6 ਮੰਥਸ ਬਾਅਦ ਹੀ, ਜਿਹਦੇ ਵਾਸਤੇ ਅਸੀਂ ਪੂਰੀ ਤਿਆਰੀ ਕਰਾਉਣੀ ਹੈ, ਅਤੇ ਉਸ ਤੋਂ ਬਾਅਦ ਉਹਦੀ ਐੱਮ ਬੀ ਏ ਡਿਗਰੀ ਵੀ ਲਾਉਣ ਦੇ ਨਾਲ ਕੰਪਲੀਟ ਹੋ ਗਈ ਹੈ। ਸਰ ਰਿਕੁਆਇਰਮੈਂਟਸ ਕੀ ਹੈ ਇਹਦੇ? ਇਹਦੇ ਵਾਸਤੇ ਬੱਚੇ ਨੂੰ ਸਾਡਾ ਇੱਕ ਸਕੋਲਰਸ਼ਿਪ ਟੈਸਟ ਕਮ ਐਲੀਜੀਬਿਲਿਟੀ ਟੈਸਟ ਦੇਣਾ ਪਏਗਾ, ਪਲੱਸ ਇੱਕ ਇੰਟਰਵਿਊ ਹੋਏਗਾ। ਉਸ ਤੋਂ ਬਾਅਦ ਅਸੀਂ ਉਹਨੂੰ ਦੱਸ ਦਾਂਗੇ ਤੁਸੀਂ ਸਿਲੈਕਟਿਡ ਹੋ ਕਿ ਨਹੀਂ। ਅਸੀਂ ਅਜੇ ਬੜੇ ਸਿਲੈਕਟਿਡ ਸੀਟਸ ਨਾਲ ਸ਼ੁਰੂ ਕੀਤਾ, ਸਿਰਫ 30 ਸੀਟਾਂ ਰੱਖੀਆਂ ਇਸ ਪ੍ਰੋਗਰਾਮ ਦੇ ਵਿੱਚ ਕਿਉਂਕਿ ਇਹਦੀ ਡਿਮਾਂਡ ਬਹੁਤ ਜ਼ਿਆਦਾ ਹੈ ਅਤੇ ਅਸੀਂ ਬੱਚੇ ਨੂੰ ਪੂਰੀ ਜੋਬ ਪ੍ਰੋਵਾਈਡ ਕਰ ਰਹੇ ਹਾਂ। ਸਰ ਜੋ ਪਲੇਸਮੈਂਟ ਦੀ ਤੁਹਾਡੇ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਉਹਦੀ ਗਰੰਟੀ ਵੀ ਜੀ ਐਨ ਏ ਯੂਨੀਵਰਸਿਟੀ ਦੀ ਹੈ, ਜੋ ਵੀ ਉਹਦੇ ਹੈਡਏਕ ਹੋਏਗਾ, ਜੋ ਵੀ ਉਹਦੇ ਕੰਪਲੀਮੈਂਟਸ ਵਗੈਰਾ ਹੋਏਗੀ? ਬਿਲਕੁਲ ਸਰ, ਉਹਦੀ ਪੂਰੀ ਜਿਹੜੀ ਵੀ ਪੇਨ ਹੈ ਉਹ ਜੀ ਐਨ ਏ ਯੂਨੀਵਰਸਿਟੀ ਲਏਗੀ। ਬੱਚੇ ਨੂੰ ਪੜ੍ਹਾਉਣਾ ਕਿੱਦਾਂ ਹੈ, ਬੱਚੇ ਦੀ ਪਲੇਸਮੈਂਟ ਦੀ ਤਿਆਰੀ ਕਿੱਦਾਂ ਕਰਾਉਣੀ ਹੈ ਅਤੇ ਬੱਚੇ ਨੂੰ ਜੋਬ ਕਿੱਦਾਂ ਕਰਾਉਣੀ ਹੈ, ਉਹ ਜੀ ਐਨ ਏ ਪੂਰੀ ਰਿਸਪੋਂਸੀਬਿਲਿਟੀ ਉਹਦੀ ਲੈਂਦਾ। ਯੂਨੀਵਰਸਿਟੀ ਹਰ ਕੋਰਸ ਦੇ ਸਟੂਡੈਂਟਸ ਨੂੰ ਸਕਾਲਰਸ਼ਿਪ ਦੇ ਰਹੀ ਹੈ, ਐਮ ਬੀ ਏ ਦੀ ਸਟੱਡੀ ਵਿੱਚ ਵੀ ਫੈਸਿਲਿਟੀ ਦਿੱਤੀ ਜਾ ਰਹੀ ਹੈ ਯੂਨੀਵਰਸਿਟੀ ਵੱਲੋਂ ਜਾਂ ਨਹੀਂ? ਜਿਹੜਾ ਐਮ ਬੀ ਏ ਬੈਂਕਿੰਗ ਹੈ, ਜਿਸ ਬੱਚੇ ਦੀ ਕਮਾਈ 6 ਮਹੀਨੇ ਬਾਅਦ ਹੀ ਸ਼ੁਰੂ ਹੋ ਜਾਣੀ, ਉਹਦੇ 'ਚ ਸਕਾਲਰਸ਼ਿਪ ਨਹੀਂ ਹੈਗੀ ਕਿ ਉਹਦੇ 'ਚ ਐਲੀਜੀਬਿਲਿਟੀ ਕ੍ਰਾਈਟੀਰੀਆ ਟੈਸਟ ਦਾ ਇੰਟਰਵਿਊ ਦਾ। ਬਟ ਅਸੀਂ ਐਮ ਬੀ ਏ ਰੈਗੂਲਰ ਵੀ ਦੇ ਰਹੇ ਹਾਂ, ਉਹਦੇ 'ਚ ਬੱਚੇ ਨੂੰ 20 ਤੋਂ ਲੈ ਕੇ 100% ਦਾ ਸਕਾਲਰਸ਼ਿਪ ਹੈਗੀ ਹੈ। ਐਮ ਬੀ ਏ ਰੈਗੂਲਰ, ਐਚ ਆਰ 'ਚ, ਫਾਈਨੈਂਸ, ਮਾਰਕੀਟਿੰਗ, ਇੰਟਰਨੈਸ਼ਨਲ ਬਿਜ਼ਨਸ, ਇਹਦੇ 'ਚ ਅਸੀਂ ਐਮ ਬੀ ਏ ਪ੍ਰੋਗਰਾਮ ਦੇ ਰਹੇ ਹਾਂ, ਉਹਦੇ 'ਚ ਸਕਾਲਰਸ਼ਿਪ ਬੱਚੇ ਨੂੰ ਪ੍ਰੋਵਾਈਡ ਕੀਤੀ ਜਾਏਗੀ। ਪਲੇਸਮੈਂਟ ਦਾ ਸਪੋਰਟ ਉਹਦੇ 'ਚ ਵੀ ਪੂਰਾ ਹੈ, ਬਟ ਇਹ ਹੈਗਾ ਉਹਦੇ 'ਚ ਬੱਚੇ ਦੀ ਨੌਕਰੀ ਲੱਗਣੀ 2 ਸਾਲ ਬਾਅਦ, ਇਹਦੇ 'ਚ ਬੱਚੇ ਦੀ ਨੌਕਰੀ 6 ਮਹੀਨੇ ਬਾਅਦ ਹੀ ਲੱਗ ਜਾਣੀ ਐਮ ਬੀ ਏ ਬੈਂਕਿੰਗ 'ਚ। ਕੀ ਇੱਦਾਂ ਦਾ ਕੋਈ ਪ੍ਰੋਵੀਜ਼ਨ ਹੈ ਕਿ ਜੇ ਬੱਚੇ ਦੇ ਗ੍ਰੈਜੂਏਸ਼ਨ ਦੇ ਵਿੱਚ 90% ਜਾਂ ਜ਼ਿਆਦਾ ਨੰਬਰ ਆ, ਤੁਹਾਨੂੰ ਡਾਇਰੈਕਟ ਐਡਮਿਸ਼ਨ ਮਿਲੇ ਜਾਂ ਉਹਦੇ ਵਾਸਤੇ ਇੰਟਰਵਿਊ ਤਾਂ ਉਹ ਜ਼ਰੂਰੀ ਹੀ ਹੈ? ਜੇ 90% ਤੋਂ ਅਬਵ ਹੈ ਅਸੀਂ ਉਹਨੂੰ ਟੈਸਟ ਤੋਂ ਐਗਜ਼ੰਪਟ ਕਰ ਸਕਦੇ ਹਾਂ, ਪਰ ਇੰਟਰਵਿਊ ਉਹਦਾ ਫਿਰ ਵੀ ਦੇਣਾ ਪਏਗਾ। ਸਰ ਟਾਈਮ ਐਂਡ ਫੀਸ ਦੀ ਗੱਲ ਕਰੀਏ ਤਾਂ ਉਹਦੇ ਲਈ ਕੀ ਟਰਮ ਐਂਡ ਕੰਡੀਸ਼ਨਸ ਨੇ, ਕਿੰਨੀ ਕੀ ਫੀਸ ਹੈ ਇਸ ਕੋਰਸ ਦੀ ਔਰ ਕਿੰਨੇ ਸਾਲ ਦਾ ਕੋਰਸ ਹੈ? ਐਮ ਬੀ ਏ ਜਿਹੜਾ ਬੈਂਕਿੰਗ ਫਾਈਨੈਂਸ ਵਾਲਾ, ਉਹਦੇ 'ਚ 2.5 ਲੱਖ ਰੁਪਇਆ ਫੀਸ ਹੈ 2 ਸਾਲ ਦੀ, ਅਤੇ 6 ਮਹੀਨੇ ਬਾਅਦ ਬੱਚੇ ਨੂੰ 2.5 ਲੱਖ ਦੀ ਹੀ ਨੌਕਰੀ ਮਿਲ ਜਾਏਗੀ, ਅਤੇ ਬੱਚਾ ਆਪਣੀ ਫੀਸ ਬਿਲਕੁਲ ਆਪਣੀ ਜੋਬ ਤੋਂ ਹੀ ਕੱਢ ਸਕਦਾ। ਇਸ ਚੀਜ਼ ਦੀ ਗਰੰਟੀ ਉਹਦੇ 'ਚ ਅਸੀਂ ਬੱਚੇ ਨੂੰ ਕੁਝ ਟਰਮਸ ਐਂਡ ਕੰਡੀਸ਼ਨਸ ਹੈ ਜਿਹੜੀ ਬੱਚੇ ਨੂੰ ਫੁਲਫਿਲ ਕਰਨੀ ਪਏਗੀ, ਅਸੀਂ ਬੱਚੇ ਨੂੰ ਕੰਡੀਸ਼ਨਲ ਜੀ ਆਫਰ ਲੈਟਰ ਜ਼ਰੂਰ ਦੇਵਾਂਗੇ ਐਟ ਦ ਟਾਈਮ ਆਫ ਇੰਟਰਵਿਊ। ਵੀ ਆਰ ਅ ਮਲਟੀਕਲਚਰਲ ਨੈਟਵਰਕ ਕਮਿਊਨਿਟੀ। We groom competent global citizens to effect positive change around them.